ਲੁਧਿਆਣਾ ਦੇ ਵਿੱਚ ਕਾਂਗਰਸ ਦੀ ਰੈਲੀ ਰੱਖੀ ਗਈ ਹੈ, ਜਿੱਥੋਂ ਦੇ ਉਮੀਦਵਾਰ ਰਾਜਾ ਬੜਿੰਗ ਹੋਰਾਂ ਦੇ ਹੱਕ ਵਿੱਚ ਰਾਹੁਲ ਗਾਂਧੀ ਵੋਟਾਂ ਵੇਲੇ ਦਿੱਲੀ ਤੋਂ ਚੱਲ ਕੇ ਲੁਧਿਆਣਾ ਵਿਖੇ ਪਹੁੰਚੇ ਨੇ, ਜਿੱਥੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜੀ ਹਾਂ, 1984 ਦੇ ਪੀੜਤਾਂ ਵੱਲੋਂ ਰਾਹੁਲ ਗਾਂਧੀ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ, ਉਸਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਪਰ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵੀ ਰੋਕਦੀ ਹੋਈ ਦਿਖਾਈ ਦਿੱਤੀ ਹੈ। ਇੰਨਾ ਹੀ ਨਹੀਂ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨਾਲ ਬੁਰੇ ਤਰੀਕੇ ਦੇ ਨਾਲ ਧੱਕਾਮੁੱਕੀ ਵੀ ਕੀਤੀ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਦਰਸ਼ਨਕਾਰੀ ਔਰਤਾਂ ਅਤੇ ਮਰਦਾਂ ਨੂੰ ਡੰਗਰਾਂ ਵਾਂਗ ਖਿੱਚਦੀ ਹੋਈ ਦਿਖਾਈ ਦੇ ਰਹੀ ਹੈ। ਇਸੇ ਦੌਰਾਨ ਹੀ ਮਾਹੌਲ ਤਣਾਅਪੂਰਨ ਹੁੰਦਾ ਨਜ਼ਰ ਆਇਆ। ਮੈਂ ਤੁਹਾਡੇ ਸਾਹਮਣੇ ਹੁਣੇ ਆ, ਇਸ ਗੱਲ ਦਾ ਮੈਨੂੰ ਪਤਾ, ਮੇਰਾ ਕੰਮ ਹੈ ਆਪਣੀ ਡਿਊਟੀ ਕਰਨੀ। ਠੀਕ ਹੈ ਜੀ, ਕੋਈ ਲਾਠੀਚਾਰਜ ਕੀਤਾ ਗਿਆ ਜੀ? ਨਹੀਂ ਜੀ, ਸਾਡੇ ਵੱਲੋਂ ਕੋਈ ਚੋਣ ਜਾਪ ਦੇ ਬਾਹਰ ਦੌਰਾਨ ਜਿਹੜਾ ਜਾਮ ਵੀ ਕੀਤਾ ਗਿਆ, ਸਰ ਕੀ ਕਹਿਣਾ ਚਾਹੋਗੇ? ਮੈਂ ਹੁਣੇ ਆ, ਮੇਰੇ ਸਾਹਮਣੇ ਤਾਂ ਕੋਈ ਜਾਮ ਨਹੀਂ ਹੈਗਾ। ਜੇ ਕੋਈ ਕਰੂਗਾ, ਲੋ ਸੁਪਰੀਮ ਆ, ਲੋ ਨੂੰ ਬਰਕਰਾਰ ਕਰਨਾ ਸਾਡੀ ਡਿਊਟੀ ਹੈ, ਉਹ ਕਰ ਰਹੇ ਹਾਂ ਬਸ। ਇਸ ਮੌਕੇ ਏਸੀਪੀ ਸੰਦੀਪ ਸਿੰਘ ਵਡੇਰਾ ਨੇ ਗੱਲ ਨੂੰ ਗੋਲਮੋਲ ਕਰਦੇ ਹੋਏ ਕਿਹਾ ਕਿ ਮੈਨੂੰ ਪਤਾ ਨਹੀਂ, ਮੈਂ ਤਾਂ ਹੁਣੇ ਆ ਕੇ ਖੜਿਆ ਹਾਂ। ਜੇਕਰ ਜਨਾਬ ਨੂੰ ਨਹੀਂ ਪਤਾ ਤਾਂ ਫਿਰ ਹੋਰ ਕਿਸ ਨੂੰ ਪਤਾ ਹੋਵੇਗਾ? ਦੂਜੀ ਗੱਲ, ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਸਵਾਲ ਤੇ ਜਨਾਬ ਕਹਿੰਦੇ ਹਨ ਕਿ ਅਫਸਰਾਂ ਨਾਲ ਗੱਲਬਾਤ ਕਰਕੇ ਫਿਰ ਦੇਖਦੇ ਹਾਂ। ਹੁਣ ਸਵਾਲ ਇਹ ਹੈ ਕਿ ਤੁਸੀਂ ਅਫਸਰ ਨਹੀਂ, ਤੁਹਾਡੀ ਸੁਪਰਵਿਜ਼ਨ ਦੇ ਵਿੱਚ ਇਹ ਸਭ ਕੁਝ ਹੋ ਰਿਹਾ, ਮੌਕੇ ਤੇ ਤੁਸੀਂ ਜਾਇਜ਼ਾ ਲੈਣ ਪਹੁੰਚੇ ਹੋ। ਜੇਕਰ ਤੁਹਾਨੂੰ ਕਾਨੂੰਨ ਦੀ ਰਾਖੀ ਕਰਨ ਦਾ ਹੱਕ ਹੈ ਤਾਂ ਪ੍ਰਦਰਸ਼ਨਕਾਰੀਆਂ ਨੂੰ ਵੀ ਵਿਰੋਧ ਕਰਨ ਦਾ ਹੱਕ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਅਸੀਂ ਆਪਣੇ ਇਨਸਾਫ ਲਈ ਸਵਾਲ ਪੁੱਛਣਾ ਚਾਹੁੰਦੇ ਹਾਂ, ਪਰ ਸਾਡੇ ਤੇ ਪੁਲਿਸ ਵੱਲੋਂ ਡਾਂਗ ਫੇਰੀ ਜਾ ਰਹੀ ਹੈ। ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।